ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ। ਇਸ ਵਾਰ ਆਪਣੇ ਕਾਫੀ ਏਰੀਏ ਦੇ ਵਿੱਚ PR 131 ਵਰਾਇਟੀ ਆਪਣੇ ਕਿਸਾਨ ਵੀਰਾਂ ਨੇ ਲਗਾਈ ਹੈ। ਅਤੇ ਲਗਾਉਣ ਦਾ ਕਾਰਨ ਇਹ, ਇੱਕ ਤਾਂ ਆਪਣੇ ਜਿਹੜੇ ਕੁਝ ਕਿਸਾਨ ਆਪਣੇ FUSA 44 ਜਾਂ ਹੋਰ ਲੰਮੀਆਂ ਸਮਾਂ ਲੈਣ ਵਾਲੀਆਂ ਵਰਾਇਟੀਆਂ ਤੋਂ ਪਿੱਛੇ ਹਟ ਕੇ ਜਿਵੇਂ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਵਰਾਇਟੀਆਂ ਜਿਵੇਂ Supreme 110 ਜਾਂ PR 131 ਵਰਾਇਟੀ, ਜਿਹੜੀ ਕਿ ਆਪਣੀ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੀ ਇੱਕ ਸਿਫਾਰਿਸ਼ ਕੀਤੀ ਹੋਈ ਕਿਸਮ ਹੈ, 135 ਤੋਂ 140 ਦਿਨ ਸਮਾਂ ਲੈਂਦੀ ਹੈ ਪੱਕਣ ਦੇ ਵਿੱਚ। ਤਕਰੀਬਨ ਇਹ 70 ਦਿਨ ਦੇ ਲਗਭਗ, ਇਹ 70 ਦਿਨ ਤੋਂ ਬਾਅਦ 70-75 ਦਿਨ 'ਤੇ ਗੋਭ ਪੂਰੀ ਭਰ ਆਉਂਦੀ ਹੈ। ਕੁਝ ਕੁ ਵੀਰਾਂ ਦਾ ਸਵਾਲ ਹੁੰਦਾ ਕਿ ਜੇ 60-65 ਦਿਨ 'ਤੇ ਆਪਣੀ ਗੋਭਾਂ ਭਰ ਆਉਂਦੀਆਂ ਨੇ, ਇਹਦਾ ਜਿਹੜਾ ਵੀ ਆਪਣੀ ਕੋਈ ਵੀ ਝੋਨੇ ਦੀ ਸਟੇਜ, ਉਹ ਬੀਜ ਤੋਂ ਬੀਜ ਡਿਪੈਂਡ ਹੁੰਦੀ ਹੈ। ਜਿਵੇਂ ਜਿਨ੍ਹਾਂ ਵੀਰਾਂ ਦੇ 60-65 ਦਿਨ 'ਤੇ ਜਾਂ 65-70 ਦਿਨ 'ਤੇ ਗੋਭਾਂ ਯਾਨੀ ਕਿ ਪੂਰੀ ਗੋਭ ਵਿੱਚ ਆ ਚੁੱਕੀ ਹੈ, ਉਹਦਾ ਕਾਰਨ ਹੈ ਕਿ ਉਹਨਾਂ ਨੇ ਥੋੜ੍ਹੀ ਜਿਹੜੀ ਪਨੀਰੀ ਵੱਡੀ ਉਮਰ ਦੇ ਕਰਕੇ ਲਗਾਈ ਹੋਣੀ ਹੈ। ਜਿਹੜੀ ਆਪਾਂ 25-30 ਦਿਨ ਦੀ ਪਨੀਰੀ ਲਗਾਉਣੀ ਆ, ਉਹ ਤਕਰੀਬਨ ਹੀ 70-75 ਦਿਨ 'ਤੇ ਆਪਣੀ ਗੋਭ ਵਿੱਚ ਆਉਂਦੀ ਹੈ। ਬਾਕੀ ਥੋੜ੍ਹਾ ਕੁ ਆਪਣੇ ਜ਼ਮੀਨ 'ਤੇ ਵੀ ਡਿਪੈਂਡ ਕਰਦਾ, ਜਿਵੇਂ ਭਾਰੀਆਂ ਜ਼ਮੀਨਾਂ ਨੇ ਥੋੜ੍ਹਾ ਕੁ ਜਿਹੜਾ ਆਪਣਾ ਇਹ ਟਾਈਮ ਪੀਰੀਅਡ ਹੈ ਥੋੜ੍ਹਾ ਕੁ ਵੱਧ ਲੈਂਦੀਆਂ ਨੇ, 5-7 ਦਿਨ, ਥੋੜ੍ਹੇ ਕੁ ਜਿਹੜੀ ਆਪਣੀ ਪੈਨੀਕਲ ਸਟੇਜ ਜਾਂ ਗੋਭ ਭਰਨ ਦੀ ਸਟੇਜ ਥੋੜ੍ਹਾ ਕੁ ਲੇਟ ਹੋ ਜਾਂਦੀ ਹੈ ਜ਼ਮੀਨ ਦੇ ਹਿਸਾਬ ਦੇ ਨਾਲ, ਕਿਉਂਕਿ ਜ਼ਮੀਨ ਦੇ ਹਿਸਾਬ ਦੇ ਨਾਲ ਸਾਰਾ ਕੁਝ ਝਾੜ ਹੈ ਅਤੇ ਜ਼ਮੀਨ ਦੇ ਹਿਸਾਬ ਦੇ ਨਾਲ ਹੀ ਆਪਣਾ ਜਿਹੜੀਆਂ ਸਟੇਜਾਂ ਦਾ ਥੋੜ੍ਹਾ ਬਹੁਤਾ ਫਰਕ ਪੈ ਜਾਂਦਾ। ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ PR 131 ਵਰਾਇਟੀ ਵੀ ਇਹਦਾ ਨਿਸਾਰਾ ਕਿੰਨੇ ਦਿਨਾਂ ਵਿੱਚ ਲੈਂਦੀ ਹੈ, ਕੀ ਇਹ ਬੀਜ ਵਿੱਚ ਰਲਾ ਇਸ ਵਾਰ ਆਇਆ ਜਾਂ ਕੀ ਕਾਰਨ ਹੈ ਵੀ ਕੁਝ ਗੁੱਠਾਂ ਨਿਸਰ ਚੁੱਕੀਆਂ ਨੇ, ਕੁਝ ਅਜੇ ਗੋਭ ਅਵਸਥਾ ਵਿੱਚ ਨੇ, ਅਤੇ ਬਾਕੀ ਇਸ ਬਾਰੇ ਅੱਜ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ। ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਨੇ, ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ। ਜਿਹੜੀ ਇਹ ਵਰਾਇਟੀ ਹੈ PR 131 ਵਰਾਇਟੀ, 135 ਤੋਂ 140 ਦਿਨ ਸਮਾਂ ਲੈਂਦੀ ਹੈ। ਅਤੇ ਜਿਹੜਾ ਇਹਦਾ ਨਿਸਾਰਾ ਹੈ, ਇਹ ਕਿਸਾਨ ਵੀਰੋ ਨਿਸਾਰਾ ਪਿਛਲੇ ਸਾਲ ਯਾਨੀ ਕਿ ਪਿਛਲੇ 2 ਸਾਲਾਂ ਤੋਂ ਆਪਣੇ ਖੇਤਾਂ ਦੇ ਵਿੱਚ ਲਗਾ ਰਹੇ ਇਸ ਵਰਾਇਟੀ ਨੂੰ, ਇਹਦਾ ਨਿਸਾਰਾ ਤਕਰੀਬਨ ਹੀ ਆਪਾਂ 5 ਦਿਨਾਂ ਤੋਂ ਲੈ ਕੇ 15 ਦਿਨ ਤੱਕ ਇਹ ਨਿਸਾਰਾ ਲੈਂਦੀ। ਆਪਾਂ ਦੇਖਦੇ ਹਾਂ ਕਿ ਕੁਝ ਕੁਝ ਜਿਹੜਾ ਆਪਣਾ ਝੋਨਾ ਗੋਭ ਵਿੱਚ ਹੈ, ਕੁਝ ਆਪਣਾ ਝੋਨਾ ਨਿਸਰ ਚੁੱਕਾ ਜਾਂ ਨਿਸਰ ਰਿਹਾ, ਬੱਲੀਆਂ ਆਪਣੀਆਂ ਮੁੰਜਰਾਂ ਬਾਹਰ ਆ ਰਹੀਆਂ ਨੇ, ਜਾਂ ਕੁਝ ਆਪਣਾ ਬੂਰ ਸਟੇਜ 'ਤੇ ਵੀ ਚਲਾ ਗਿਆ। ਯਾਨੀ ਕਿ ਇਸ ਤਰ੍ਹਾਂ ਯਾਨੀ ਕਿ ਜੇ ਟੋਟਲ ਦੇਖੀਏ ਆਪਾਂ 5 ਦਿਨਾਂ ਤੋਂ ਲੈ ਕੇ 15 ਦਿਨ ਤੱਕ, ਭਾਰੀਆਂ ਜ਼ਮੀਨਾਂ ਦੇ ਵਿੱਚ ਹੋ ਸਕੇ ਤਾਂ 20 ਦਿਨ ਤੱਕ ਵੀ ਨਿਸਾਰਾ ਇਹ ਵਰਾਇਟੀ ਲੈ ਸਕਦੀ ਹੈ। ਅਤੇ ਇਹਦੇ ਨਾਲ ਜਿਹੜਾ ਆਪਣਾ 5-15-20 ਦਿਨ ਨਿਸਾਰਾ ਦਿੰਦੀਆਂ ਨੇ। ਜਿਹੜਾ ਨਹੀਂ ਪੱਕਣ ਦਾ, ਕਿਉਂਕਿ ਕੁਝ ਕਿਸਾਨ ਵੀਰਾਂ ਨੂੰ ਹੋਵੇਗਾ ਕਿ ਜਿਵੇਂ ਇਹ ਨਿਸਰ ਰਹੀ ਹੈ, ਫਿਰ ਪੱਕਣ ਦੇ ਵਿੱਚ ਵੀ ਇਵੇਂ ਦਿੱਕਤ ਆਊਗੀ ਵੀ ਕੁਝ ਆਪਣਾ ਝੋਨਾ ਪੱਕ ਚੁੱਕਾ ਹੋਵੇਗਾ, ਕੁਝ ਹਰਾ ਹੋਵੇਗਾ, ਵੀ ਵੱਢਣ ਦੇ ਵਿੱਚ ਵੀ ਦਿੱਕਤ ਆਊਗੀ। ਇਸ ਤਰ੍ਹਾਂ ਦੇ ਕਿਸਾਨ ਵੀਰਾਂ ਦੇ ਵਿੱਚ ਕੋਈ ਗੱਲ ਨਹੀਂ, ਇਹਦਾ ਇੱਕ ਕਰੈਕਟਰ ਹੈ। ਯਾਨੀ ਕਿ ਨਿਸਾਰਾ ਯਾਨੀ ਕਿ 5-15 ਦਿਨ ਦੇ ਵਿੱਚ ਨਿਸਾਰਾ ਪੂਰਾ ਕਰਦੀ ਹੈ, 20 ਦਿਨ ਤੱਕ ਵੀ ਨਿਸਾਰਾ ਲਿਜਾ ਸਕਦੀ ਹੈ। ਅਤੇ ਕੁਝ ਕਿਸਾਨ ਵੀਰਾਂ ਦਾ ਸਵਾਲ ਕਿ ਇਹਦੇ ਵਿੱਚ ਰਲਾ ਹੈ, ਰਲਾ ਨਹੀਂ ਕਿਸਾਨ ਵੀਰੋ, ਇਹ ਜਿਵੇਂ ਆਪਾਂ ਨਿਸਾਰਾ ਜਦੋਂ ਸ਼ੁਰੂ ਕਰਦੀ ਹੈ ਨਾ, ਇਹ 2 ਆਪਣੇ ਗੁਣ ਦੇਖਦੇ ਆਪਾਂ। ਇੱਕ ਤਾਂ ਦਾ ਵੀ ਨਿਸਾਰਾ ਇੱਕ ਗੁੱਠ ਆ ਨਿਸਰ ਆਈ, ਜਾਂ ਦੂਜੇ ਪਾਸੇ ਆਪਣਾ ਗੋਭ ਦੀ ਸਟੇਜ 'ਤੇ, ਜਾਂ ਤੀਜੇ 'ਤੇ ਆਪਣੇ ਬੂਰ ਪੈਣ ਦੀ ਪ੍ਰਕਿਰਿਆ ਚੱਲ ਰਹੀ ਹੈ, ਇਸ ਤਰ੍ਹਾਂ ਨਿਸਰ ਦਾ ਇੱਕ ਜਦੋਂ ਵੀ ਇਹ ਨਿਸਾਰਾ ਲੈਂਦਾ, ਇਹ ਜਿਹੜਾ ਬੂਟਾ ਇਕੱਠਾ ਹੋਣ ਲੱਗ ਪੈਂਦਾ। ਜਿਵੇਂ ਦੂਜੀਆਂ ਵਰਾਇਟੀਆਂ ਆਪਣਾ ਥੋੜ੍ਹੇ ਬੂਟੇ ਖੁੱਲਦੇ ਨੇ, ਉਹ ਖੁੱਲਣ ਦੀ ਇਹਦੇ ਵਿੱਚ ਨਹੀਂ ਹੈ, ਜਿਵੇਂ ਬੂਟੇ ਜਦੋਂ ਨਿਸਾਰਾ ਦਿੰਦਾ ਆਪਣੇ ਬੂਟੇ ਤੁਸੀਂ ਦੇਖੋਗੇ ਇਕੱਠੇ ਹੁੰਦੇ ਨੇ, ਯਾਨੀ ਕਿ ਜਿਵੇਂ ਪੱਤੇ ਲਾਗੇ ਲਾਗੇ ਹੋ ਕੇ ਇਕੱਠਾ ਜਿਹਾ ਬੂਟਾ ਬਣ ਜਾਂਦਾ, ਜਿਵੇਂ ਝੋਨੇ ਵਿੱਚ ਵਿਰਲ ਪੈਣ ਲੱਗ ਪੈਂਦੀ, ਉਦੋਂ ਆਪਾਂ ਲੱਗਦਾ ਵੀ ਝੋਨਾ ਬਹੁਤ ਜ਼ਿਆਦਾ ਵਿਰਲਾ। ਅਤੇ ਪੱਕਣ ਤੱਕ ਜਦੋਂ ਆਪਣਾ ਇਹਦਾ ਜਿਹੜਾ ਪਰਾਲ ਬਹੁਤ ਘੱਟ ਬਣਦਾ, ਆਪਾਂ ਪਹਿਲੇ ਵੀਡੀਓ ਵਿੱਚ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਇਹਨਾਂ ਵਰਾਇਟੀ ਦੇ ਵਿੱਚ ਇਕੱਲੀਆਂ ਆਪਾਂ ਨੂੰ ਮੁੰਜਰਾਂ ਹੀ ਦਿਖਾਈ ਦਿੰਦੀਆਂ ਨੇ, ਬਾਕੀ ਜਿਵੇਂ ਨਿਸਾਰਾ ਲੈਂਦੀ ਹੈ 5-15 ਦਿਨਾਂ ਦੇ ਵਿੱਚ, ਪੱਕਣ ਦੇ ਵਿੱਚ ਕਿਸਾਨ ਵੀਰੋ ਇਸ ਨੂੰ ਕੋਈ ਦਿੱਕਤ ਨਹੀਂ, ਇਕੱਠਾ ਆਪਣੇ ਪੱਕੇਗਾ। ਇਹ ਨਹੀਂ ਹੋਵੇਗਾ ਕਿ ਕੋਈ ਗੁੱਠ ਹਰੀ ਖੜੀ ਹੈ, ਜਾਂ ਕੁਝ ਬੱਲੀਆਂ ਮੁੰਜਰਾਂ ਆਪਣੀਆਂ ਹਰੀਆਂ ਨੇ, ਕੁਝ ਆਪਣੀਆਂ ਮੁੰਜਰਾਂ ਪੱਕ ਚੁੱਕੀਆਂ ਨੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੀ।
ਬਾਕੀ ਜਿਹੜੀ ਆਪਾਂ ਪਾਣੀ ਜਿਵੇਂ ਆਪਾਂ 15-20 ਦਿਨ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਉਸ ਹਿਸਾਬ ਦੇ ਨਾਲ ਆਪਾਂ ਨੂੰ ਬੰਦ ਕਰਨਾ ਚਾਹੀਦਾ। ਇਹ ਦੱਸੋ ਕਿ ਵੀ ਆਪਾਂ ਪਾਣੀ ਲੰਮੇ ਸਮੇਂ ਤੱਕ ਲਾਵਾਂਗੇ, ਫਿਰ ਜਿਹੜੀ ਆਪਣੀ ਵਰਾਇਟੀ ਕੋਈ ਵੀ ਚਾਹੇ ਵਰਾਇਟੀ ਉਹ ਫਿਰ ਆਪਣੀ ਮਾੜੀ ਹਰੇਪਣ ਦੇ ਵਿੱਚ ਜ਼ਰੂਰ ਰਹਿੰਦੀ ਹੈ। ਬਾਕੀ ਆਪਣੀ ਜਿਹੜਾ ਪਾਣੀ ਦੀ ਪ੍ਰਬੰਧ ਆਪਣੇ ਜ਼ਮੀਨ ਦੇ ਹਿਸਾਬ ਦੇ ਨਾਲ ਰੱਖੋ, ਅਤੇ ਬਾਕੀ ਇਹ ਵਰਾਇਟੀ ਦੇ ਵਿੱਚ 5 ਤੋਂ 15 ਦਿਨ ਦੇ ਵਿੱਚ ਨਿਸਾਰਾ ਲੈਂਦੀ ਹੈ। ਅਤੇ ਜਿਹੜਾ ਪੱਕਣ ਦੇ ਵਿੱਚ ਇਸਦਾ ਕੋਈ ਵੀ ਇਹਦਾ ਇਹ ਨਹੀਂ ਹੋਵੇਗਾ ਵੀ ਕੁਝ ਪੱਕ ਗਿਆ ਕੁਝ ਹਰਾ ਖੜਾ, ਅਤੇ ਝਾੜ ਵੀ ਇਸਦਾ ਕਿਸਾਨ ਵੀਰੋ ਬਹੁਤ ਵਧੀਆ, ਪਿਛਲੇ 2 ਸਾਲਾਂ ਤੋਂ ਆਪਾਂ ਲਗਾ ਰਹੇ ਹਾਂ ਬਹੁਤ ਵਧੀਆ ਇਸਦਾ ਝਾੜ ਆ ਰਿਹਾ। ਬਾਕੀ ਇਹਦੇ ਦੋ ਇਹ ਮੰਨ ਕੇ ਚਲੋ ਇੱਕ ਕਰੈਕਟਰ ਨੇ, ਜਿਵੇਂ ਸੁਪਰੀਮ 110 ਵਰਾਇਟੀ ਆਪਣੀ, ਜਿਵੇਂ ਹੁਣ PR131 ਵਰਾਇਟੀ ਹੈ, ਇਹ ਪਹਿਲਾਂ ਨਿਸਾਰਾ ਬਹੁਤ ਜ਼ਿਆਦਾ ਕਰਦੀ ਹੈ, ਅਤੇ ਇਹਦੇ ਮੁਕਾਬਲੇ ਜਿਹੜਾ ਆਪਣਾ ਸੁਪਰੀਮ 110 ਵਰਾਇਟੀ ਉਹਦਾ ਜਿਹੜਾ ਫੁਟਾਰਾ ਬਹੁਤ ਘੱਟ ਹੁੰਦਾ, ਉਹ 1 ਮਹੀਨੇ ਤੋਂ ਬਾਅਦ ਆਪਣਾ ਰੰਗ ਬਦਲਣਾ ਬਣਨਾ ਸ਼ੁਰੂ ਹੁੰਦਾ, ਫੁਟਾਰਾ ਆਪਣਾ ਬਹੁਤ ਜਲਦੀ ਨਾ ਕਰਦਾ। ਉਸੇ ਤਰ੍ਹਾਂ ਜਿਵੇਂ ਇਹ ਵਰਾਇਟੀ ਹੈ, ਜਿਵੇਂ ਸੁਪਰੀਮ 110 ਵਰਾਇਟੀ ਤਕਰੀਬਨ 5 ਤੋਂ ਹਫ਼ਤੇ ਦੇ ਵਿੱਚ ਵੱਧ ਤੋਂ ਵੱਧ 10 ਦਿਨ ਦੇ ਵਿੱਚ ਸਾਰਾ ਨਿਸਾਰਾ ਹੋ ਜਾਂਦਾ ਉਸ ਵਰਾਇਟੀ ਦਾ। ਇਸ ਵਰਾਇਟੀ ਦਾ 15 ਤੋਂ 20 ਦਿਨ ਆਪਣੀ ਵਰਾਇਟੀ ਲੈ ਜਾਂਦੀ ਹੈ, ਕੁਝ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਆਪਾਂ ਨੂੰ। ਅਤੇ ਬਾਕੀ ਜਿਹੜੇ ਕਿਸਾਨ ਵੀਰ ਸੋਚਦੇ ਕਿ ਇਹਦੇ ਵਿੱਚ ਰਲਾ, ਜਦੋਂ ਆਪਣਾ ਸ਼ੁਰੂ 'ਚ ਇਹ ਨਿਸਾਰਾ ਕਰਦੀ ਹੈ ਉਦੋਂ ਆਪਾਂ ਨੂੰ ਇੰਝ ਲੱਗਦਾ ਕਿ ਇਹਦੇ ਵਿੱਚ ਰਲਾ ਹੋਵੇਗਾ, ਕਿਉਂਕਿ ਉਹਦੇ ਵਿੱਚ ਕੁਝ ਕੁਝ ਬੂਟੇ ਆਪਣੇ ਨਿਸਰ ਰਹੇ ਹੁੰਦੇ ਨੇ, ਕੁਝ ਦੌਗੀਆਂ ਨਿਸਰ ਰਹੀਆਂ ਹੁੰਦੀਆਂ ਨੇ। ਉਦੋਂ ਆਪਣੇ ਜਿਹੜੇ ਕਿਸਾਨਾਂ ਵੀਰਾਂ ਨੇ ਨਵੀਂ ਲਗਾਈ ਉਹਨਾਂ ਨੂੰ ਇੰਝ ਜ਼ਰੂਰ ਲੱਗਦਾ ਕਿ ਇਹਦੇ ਵਿੱਚ ਰਲਾ ਬਹੁਤ ਆ ਗਿਆ। ਬਾਕੀ ਰਲਾ ਨਹੀਂ ਕਿਸਾਨ ਵੀਰੋ, ਇਹਦੇ ਇੱਕ ਕਰੈਕਟਰ ਦੇ ਗੁਣ ਹੈ, ਅਤੇ ਜਿਵੇਂ ਆਪਣੀ ਸੁਪਰੀਮ 110 ਦਾ ਫੋਟ ਬਾਅਦ ਦੇ ਵਿੱਚ ਕਰਦਾ, ਉਵੇਂ ਇਹਦਾ ਇੱਕ ਗੁਣ ਹੈ ਕਿ ਇਹਦਾ ਜਿਹੜਾ ਨਿਸਾਰਾ 5 ਤੋਂ 15 ਤੋਂ 20 ਦਿਨਾਂ ਤੱਕ ਇਹ ਨਿਸਾਰਾ ਇਹ ਵਰਾਇਟੀ ਲੈ ਜਾਂਦੀ ਹੈ। ਅਤੇ ਬਾਕੀ ਇਹਦੇ ਵਿੱਚ ਹੋਰ ਕਿਸੇ ਵੀ ਪ੍ਰਕਾਰ ਦੀ ਜਿਵੇਂ ਉੱਲੀ ਰੋਗ ਦਾ ਅਟੈਕ ਬਹੁਤ ਘੱਟ ਆਉਂਦਾ, ਜਿਵੇਂ ਕੁਝ ਕੁ ਕਿਸਾਨ ਵੀਰ ਮੈਂ ਦੇਖਦਾ ਕਿ ਪਦਾਨਾ ਕਲੋਰੂ ਪਤਾ ਨਹੀਂ ਕਿਹੜੇ ਕਿਹੜੇ ਜ਼ਹਿਰ ਪਾਈ ਜਾਂਦੇ ਨੇ, ਜਿਵੇਂ ਆਪਾਂ ਫੂਸਾ 44 ਨੂੰ ਜਾਂ ਹੋਰ ਵਰਾਇਟੀਆਂ ਨੂੰ ਪਾਉਂਦੇ, ਇਹਨਾਂ ਕਿਸਾਨਾਂ ਵੀ ਇਹਨਾਂ ਜਿਹੜੀ ਵਰਾਇਟੀਆਂ ਦੇ ਵਿੱਚ ਜਿਵੇਂ ਸੁਪਰੀਮ 110 ਵਰਾਇਟੀ, PR131 ਵਰਾਇਟੀ ਹੋ ਗਈ, ਇਹਨਾਂ ਵਰਾਇਟੀਆਂ 'ਚੋਂ ਜਿਹੜਾ ਆਪਣਾ ਖਰਚਾ ਘੱਟ ਸਮਾਂ ਲੈਣ ਵਾਲੀਆਂ, ਯਾਨੀ ਕਿ 135 ਤੋਂ 140 ਦਿਨ ਵਰਾਇਟੀਆਂ ਸਮਾਂ ਲੈਂਦੀਆਂ ਨੇ, ਅਤੇ ਵੱਧ ਖਰਚਾ ਵੱਧ ਝਾੜ ਆਪਾਂ ਨੂੰ ਦੇਖਣ ਨੂੰ ਮਿਲਦਾ। ਜੇਕਰ ਆਪਾਂ ਨਜਾਇਜ਼ ਖਰਚੇ ਕਰੀ ਜਾਵਾਂਗੇ ਬਿਨਾਂ ਕਿਸੇ ਗੱਲੋਂ ਰਿਹਾਂ ਸਪਰੇਹਾਂ ਆਪਾਂ ਸਪਰੇਹਾਂ ਕਰੀ ਜਾਵਾਂਗੇ ਤਾਂ ਫਿਰ ਆਪਾਂ ਨੂੰ ਕੋਈ ਫਾਇਦਾ ਨਹੀਂ, ਆਪਣਾ ਨਜਾਇਜ਼ ਖਰਚੇ ਨੇ, ਨਾ ਹੀ ਇਸ 'ਤੇ ਕੋਈ ਬਹੁਤਾ ਉੱਲੀ ਰੋਗ ਆਉਂਦਾ। ਇੱਕ ਸਪਰੇ ਵੈਸੇ ਆਪਾਂ ਨੂੰ ਝੋਨੇ ਦੇ ਗੋਭ ਸਮੇਂ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਮੌਸਮ ਦੇ ਅਨੁਸਾਰ ਕਿਹੋ ਜਿਹਾ ਮੌਸਮ ਗਾ ਆਉਣ ਵਾਲਾ ਉੱਲੀ ਰੋਗ, ਕਿਉਂਕਿ ਜਿਹੜੀ ਵੀ ਉੱਲੀ ਆਪਣੀ ਉੱਲੀ ਰੋਗ ਆਉਂਦਾ, ਖੀਥ ਬਲਾਈਟ ਆਉਂਦੀ ਜਾਂ ਕੋਈ ਵੀ ਬਿਮਾਰੀ ਆਉਂਦੀ, ਉਹ ਤਕਰੀਬਨ 5 ਤੋਂ 7 ਮਣ ਝਾੜ ਘਟਾ ਜਾਂਦਾ। ਬਾਕੀ ਜਿਵੇਂ ਦੂਜੀਆਂ ਵਰਾਇਟੀਆਂ ਦੇ ਵਿੱਚ ਜ਼ਿਆਦਾ ਉੱਲੀ ਰੋਗ ਆਉਂਦੇ ਨੇ, ਬਲਾਸਟ ਆ ਗਏ ਨੇ ਜਾਂ ਇਹ ਘੰਡੀ ਰੋਗ ਆ ਗਿਆ ਜਾਂ ਹੋਰ ਬਰਾਊਨ ਸਪੋਟ ਆ ਗਿਆ, ਉਸ ਤਰ੍ਹਾਂ ਦੀ ਇਹਨਾਂ ਜਿਹੜੀ ਵਰਾਇਟੀਆਂ ਦੇ ਵਿੱਚ ਬਿਮਾਰੀ ਬਹੁਤ ਘੱਟ ਆਉਂਦੀ ਦੋਨਾਂ ਵਰਾਇਟੀਆਂ ਦੇ ਵਿੱਚ ਹੀ, ਸੁਪਰੀਮ 110 'ਚੋਂ ਵੀ ਅਤੇ PR131 ਵਰਾਇਟੀ ਦੇ ਵਿੱਚ ਵੀ। ਅਤੇ ਕੁਝ ਵੀਰਾਂ ਦਾ ਸਵਾਲ ਹੁੰਦਾ ਕਿ ਇਹਨੂੰ ਹਲਦੀ ਰੋਗ ਆਉਂਦਾ ਜਾਂ ਨਹੀਂ, ਇਹ ਕਿਸਾਨ ਵੀਰੋ ਇਹਦੇ ਵਿੱਚ ਹਲਦੀ ਰੋਗ ਦਾ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਅਟੈਕ ਨਹੀਂ ਆਉਂਦਾ। ਬਾਕੀ ਸੁਪਰੀਮ 110 ਵਰਾਇਟੀ ਅਤੇ ਕੁਝ ਵਰਾਇਟੀਆਂ ਜਿਵੇਂ ਆਪਾਂ ਜ਼ਿਆਦਾ ਪਛੇਤੀ ਜਾਂ ਜ਼ਿਆਦਾ ਯੂਰੀਆ ਖਾਦ ਪਾਉਣੇ ਉਹਨਾਂ ਵਰਾਇਟੀਆਂ ਵਿੱਚ ਦੇਖਣ ਨੂੰ ਮਿਲ ਸਕਦਾ। ਬਾਕੀ ਸਾਰਾ ਕੁਝ ਜਿਹੜਾ ਆਪਣਾ ਖੇਡ ਹੈ ਜਿਵੇਂ ਝਾੜ ਹੈ ਮੌਸਮ 'ਤੇ ਡਿਪੈਂਡ ਕਰਦਾ, ਜੇਕਰ ਆਪਣੇ ਮੌਸਮ ਫਸਲ ਦੇ ਅਨੁਕੂਲ ਆਪਣਾ ਝਾੜ ਦੇਖਣ ਨੂੰ ਬਹੁਤ ਵਧੀਆ ਮਿਲਦਾ। ਬਾਕੀ ਇੱਕ ਸਪਰੇਅ ਤੁਸੀਂ ਝੋਨੇ ਦੇ ਗੋਭ ਸਮੇਂ PR131 ਵਰਾਇਟੀ ਨੂੰ ਜਾਣੀ ਕਿ 70-75 ਦਿਨ 'ਤੇ ਜਦੋਂ ਵੀ ਤੁਹਾਡਾ ਝੋਨਾ ਗੋਭ ਭਰ ਆਉਂਦਾ ਵੀ ਨਾਲੀਆਂ ਫੁੱਲਣ ਲੱਗ ਪੈਂਦੀਆਂ ਨੇ ਮੁੰਜਰ ਨਿਕਲਣ ਤੋਂ ਪਹਿਲਾਂ, ਜਾਣੀ ਕਿ 1-2% ਜੇ ਨਿਸਾਰਾ ਉਹ ਵੀ ਚੱਕਾ ਹੋਵੇ ਤਾਂ ਵੀ ਕੋਈ ਜ਼ਰੂਰਤ ਨਹੀਂ ਗੀ, ਕਿਉਂਕਿ ਇਸ ਵੇਲੇ ਮੌਸਮ ਖਰਾਬ ਹੋਣ ਦੇ ਕਾਰਨ ਮੀਂਹ ਬਾਰਿਸ਼ਾਂ ਪੈਣ ਦੇ ਕਾਰਨ ਥੋੜ੍ਹਾ ਕੁ ਬਸ ਸਪਰੇਹਾਂ ਆਪਣੀਆਂ ਲੇਟ ਹੋ ਗਈਆਂ ਸੀ। ਅਤੇ ਗੋਭ ਸਮੇਂ ਆਪਾਂ ਨੂੰ ਇੱਕ ਸਪਰੇਅ ਉੱਲੀ ਨਾਸ਼ਕ ਜ਼ਰੂਰ ਕਰਨੀ ਚਾਹੀਦੀ, ਜਿਹੜੀਆਂ ਆਪਣੀਆਂ ਹਲਕੀਆਂ ਜ਼ਮੀਨਾਂ ਨੇ ਉੱਥੇ ਆਪਾਂ 13-45 ਵੀ ਕਰ ਸਕਦੇ ਹਾਂ। ਅਤੇ ਬਾਕੀ ਝਾੜ ਪੱਖੋਂ ਕਿਸਾਨ ਵੀਰੋ ਬਹੁਤ ਵਧੀਆ ਵਰਾਇਟੀ ਹੈ, ਬਾਕੀ ਨਿਸਾਰੇ ਜਾਣੀ ਕਿ 5 ਤੋਂ 10 ਤੋਂ 15 ਦਿਨਾਂ ਵਿੱਚ ਨਿਸਾਰਾ ਪੂਰਾ ਕਰਦੀ ਹੈ, ਪੱਕਣ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਗੀ ਆਉਂਦੀ। ਅਤੇ ਝਾੜ ਪੱਖੋਂ ਵੀ ਬਹੁਤ ਵਧੀਆ, ਬਿਮਾਰੀ ਬਹੁਤ ਘੱਟ ਪੈਂਦੀ ਹੈ, ਨਜਾਇਜ਼ ਖਰਚਿਆਂ ਤੋਂ ਬਚਿਆ ਕਰੋ ਕਿਸਾਨ,
ਵੀ ਜਿਵੇਂ ਆਪਾਂ ਪਦਾਨ ਜਾਂ ਹੋਰ ਰਿਹਾ ਸਪਰੇਹਾਂ ਪਾਉਣੇ, ਜੇਕਰ ਜਿਹੜੇ ਆਪਣੇ ਪੌਸ਼ ਤੱਤ ਦੀ ਘਾਟ ਜਾਂ ਆਪਾਂ ਨੂੰ ਜਿਸ ਦੀ ਜ਼ਰੂਰਤ ਹੈ ਉਹ ਹੀ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ। ਹੋਰ ਇਹਨਾਂ ਚੀਜ਼ਾਂ ਵਰਾਇਟੀਆਂ 'ਤੇ ਕੋਈ ਬਹੁਤੇ ਖਰਚੇ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇਹ ਆਪਣੇ ਕਿਸਾਨ ਆਪਣੇ ਪਿਛਲੇ 2-3 ਸਾਲ ਦੇ ਆਪਣੇ ਤਜਰਬੇ ਕੀਤੇ ਹੋਏ ਨੇ। ਅਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਨੇ, ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ। ਧੰਨਵਾਦ।